रुको 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 ताको दिखा को मजे की शह दिखावा मेरे कोई नजर आई खुशबरी ये कि मैं एक बहुत बड़ा चैलेंज खिणक आंता पियाँ सारे पाकिस्तान ने जहाँ चैलेंज कहीं मैं सर्च कित उन्हें कोई नहीं किया चैलेंज कर इन शाला बिस्मिल रमान रहीम असल मैं हाँ अवैसला शहरी यूट्यूब चैनल अवैसला शहरी ब्लॉग डाद टाइम थी मेरी हमने अक खुलिए बहुत ज्यादा धोदे बहुत धुंध है ठंड की इंतहा सुननाग स्टार्ट करा तो चैनल को सबसक्राइब वीडियो हाल तक हुए खड़ी थी रेठ ये दूर दूर तक धुंध लेकिन धुंध बहुत सारी धुंध ये बतखावें सामने चरण ये पत्थरे खाने ਇਹ ਜਿਹੜਾ ਪੰਛੀ ਦਾ ਵਦੇ ਈਕ ਤੂੰ ਸਾਡੀ ਜ਼ੁਬਾਨ ਇਕਿਆ ਦਿਓ ਅਸਤ ਅੱਲਾ ਲਈ ਸਦੇ ਨੇ ਤੁਸੀਂ ਕੀ ਆ ਤੇ ਕਮੈਂਟ ਜ਼ਰੂਰ ਦੱਸਿਓ ਫਾਈਨਲੀ ਟਾਈਮ ਥਿੰਦਾ ਪੈ 11:30 ਦਾ ਤੇ ਹੁਣ ਮੈਂ ਨਾਸ਼ਤਾ ਕਰਕੇ ਚਾਹ ਸ਼ਾਪੀ ਕੇ ਗਰਮ ਥੀਕੇ ਬਾਹਰੋਂ ਆ ਜੈਂ ਤੇ ਬਿਲਕੁਲ ਬਾਹਰੋਂ ਬਹੁਤ ਠੰਡੇ ਧੁੰਦ ਹਲ ਤੱਕ ਉਹ ਖੜੀ ਥਈ ਤੇ ਅੱਜ ਦੀ ਸਾਰੀ ਰੂਟੀਨ ਤੁਹਾਨੂੰ ਸ਼ੇਅਰ ਕਰੇ ਸਾਂ ਤੇ ਤੁਸੀਂ ਅਸਾਂ ਨਾਲ ਜੁੜੇ ਰਹੋ ਇਹ ਤਾਂ ਹੁਣ ਵਾਂਗ ਕਿ ਧਾਵਣ ਲੱਗਵੇ ਸਿੰਨਾਂ ਦੀ ਇਹ ਹੀ ਵੇ ਤੇ ਅੱਜ ਇੱਕ ਮਜ਼ੇਦਾਰ ਚੀਜ਼ ਤੁਹਾਨੂੰ ਸ਼ੇਅਰ ਕਰਨਾ ਹੈ ਆ ਚੌਥਾ ਟਰੱਕ ਦਾ ਘੱਟ ਦਾ ਆ ਚੁੱਕੇ ਉਹ ਵੀ ਤਕਰੀਕਾ ਨਾ ਅਗਰ ਕਹੀਂ ਕਿ ਨਹੀਂ ਤਾਂ ਭਾਈ ਜਿਹੜੇ ਭਾਈ ਨਾ ਕਿੰਨੇ ਨੀ ਤਾਂ ਦਾਫਤਾ ਕਰਕੇ ਤੁਸੀਂ ਜਿੰਨੇ ਮਰਜ਼ੀ ਟਰੱਕ ਲਵਾਓ ਲਵਾ ਸਕਦੇ ਹੋ ਤੇ ਹੁਣ ਇਹ ਕੁਝ ਦੇ ਥੜ ਲੱਗੀ ਮੈਂ ਛੱਤੇ ਆਲੀ ਨਾਲ ਆਗੇ ਤੇ ਇਹ ਲੱਥੀ ਪਈ ਹੈ पूरी दो माने ले चुके पूरा इंट्रैक्ट दो माने ही तेल हैं देखना तू क्या करना है सामने निका निका दी ही निकला दे माशाल्लाह 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 पहला बंदा चावना आई है ट्रक वैंदा पर एक <laughs> ओ मारका सोनी ते मिठी मिठी निकली ये माशाल्लाह जानवर खुशहाल निहाल थी <laughs> थी बारह बजे आ निकली बारह एक बजे का टाइम थी बहुत सोनी धूप लगी पी मैं पहले पता कि बैठा चादरी करके ना बिल्कुल उत्त मूँहत गात के सुूना मोबाइल चलता बैठा मैं हम दुप निकल डी प्यारी लगती पी माशा मजा आता पे चस आके बहुत ही प्यारी ते मज़े की लगती पी है इतना सा जानवर के नाल पे चाह चाहे गोसा साड़े ने जो तो सुता पे धुप्प डी जोरों की चस करके लगती पी चलो कोई पाँह मिनट दुप सिकेने उनके बाद बही तो आपकी रूटीन शेयर करे ने जरूर जुड़े रह सो इन शाला मियाँ अली तो साढ़े दोस्त हैं इमरान घूरी ਉਹ ਗਿਨ ਕੈਨ ਉਹਨਾਂ ਦਾ ਚੌਥਾ ਟਰੱਕ ਅਸਾਹੇਲ ਕਰਵੰਦੇ ਪਏ। ਕਿ ਅਲਹਮਦੁਲਿਲਾ ਸਾਡੇ ਐਲਏ ਇਲਾਕੇ ਜਿੰਨੇ ਵੀ ਹਨ ਨਾ ਇੱਥੇ ਡਿਮਾਂਡ ਕੱਟਦੀ ਬਹੁਤ ਜ਼ਿਆਦਾ ਹੈ ਤੇ ਬਹੁਤ ਮਹਿੰਗੇ ਦਾਮਾ ਉਹਨਾਂ ਨੂੰ ਬਾਹਰੋਂ ਮਿਲਦੀ ਹੈ। ਇਵੇਂ ਸੇ ਸਸਤੀ ਤੇ ਰਿਆਤੇ 'ਚ ਬਤਕੇ ਮੰਨ ਦੇ ਹਿਸਾਬ ਨਾਲ ਨਾ ਇਥੋਂ ਆਪਣੀ ਤੋਲ ਕੇ ਚਾਹ ਵੰਨ ਤੇ ਹਰ ਕੋਈ ਖੁਸ਼ੀ-ਖੁਸ਼ੀ ਚਾਹ ਵੰਨ ਜਿੰਨੀ ਮਰਜ਼ੀ ਉਹਨਾਂ ਨੂੰ ਜ਼ਰੂਰਤ ਨੂੰ ਚਾਹ ਵੰਨ। एडवांस बुकिंग दोस्तों को कॉल ठीक है कि तुरी कट आ चुकी आके अपनी चाह गिनो उन्होंने कुछ आ के चाहते हैं तो कुछ अपने गुरु रवाना अपने अपने सवरियाँ तक आ के असत अच्छा यार जेंदे को तुरे चू जो मेरी वीडियो दिखते दे दे प्य अगर कहीं को खरगोश वन या खरगोशों के बच्चे हो कमेंट जरूर यार दसेंो को बहुत ज्यादा जरूरत है मैं उन्होंने शौक चढ़ा खड़ा है करे अगर कहीं को खरगोश खरगोश या खरगोशों के बच्चे हैं मैं कुछ सिर्फ डू चाहिए तो मैं कमेंट जरूर दस ਸਾਹਮਣੇ ਸ਼ਮਰੋਜ਼ ਕੋ ਜੰਦਰੇ ਤੇ ਛਿੱਕੀ ਪਏ ਜੰਦਰੇ ਜਨ ਬਰਾਬਰ ਕਰੇ ਦੇਖਣ ਫਾਈਨਲੀ ਕੜਾ ਕੇ ਦਾਤ ਧੋਪ ਨਿਕਲੇ ਤੇ ਹੁਣ ਘਰ ਵਾਂਗ ਕੀ ਚਾਦਰ ਰੱਖਦਾ ਤੇ ਵਤ ਤਾਂ ਇਹ ਬਈ ਚੀਜ਼ ਦਿਖੇ ਨਾ ਮੇਰੇ ਨਾਲ ਜੁੜੇ ਰਹੋ ਸਵਾਜ ਮਰ ਕਾਮੀਆਂ ਵਾਲੀ ਚੁੰਮੰਗ ਫਲੀ ਆਈ ਏ ਇਮਰਾਨ ਭਾਈ ਕਹਿੰਨ ਮੈਂ ਇਹ ਕੋਈ ਦਾਣੇ ਚਾਤਨ ਫੇਲਲ ਖਾਉਣ ਕਿਤੇ ਓਏ ਤੂੰ ਸਮੰਗ ਫਲੀ ਖਾਦੀ ਏ ਮਜੇ ਬਰੀ ਬੜਾ ਏ ਮੁਕਈ ਬੈਠੇ ਓਈ ਖਾਦਾ ਬੈਠੇ ਦੇਖੋ ਮਜ਼ੇ ਦੀ ਆਈ ਪਹਿਲੇ ਮੰਗ ਫਲੀ ਖਾ ਮੈਂ ਫਿਲਹਾਲ ਹੀ ਕੋਈ ਚਾਹ ਆ ਮੇਰੀ ਬਹੁਤ ਸਾਰੀ ਬੜੇ ਸਾਰੀ ਗਿਣ ਕੀਤੀ ਪਹਿਲੇ ਮੈਂ ਕਿ ਮੈਂ ਬਹੁਤ ਬੰਦੀਏ ਤਾਂ ਥੋੜੀ ਜਿਹੀ ਹੁਣ ਖਾਣੇ ਕਿਉਂਕਿ ਖੰਗ ਲੱਗਦੀ ਜ਼ਿਆਦਾ ਖਾਣ ਨਹੀਂ ਵਾ ਨਾ ਇੱਕ ਇੱਕ ਦਾਣਾ ਕਰਕੇ ਖਾਂਦੇ ਰਤਾ ਅੱਛੀ ਲਲਾ ਕੇ ਖਾਦਾ ਕਰ ਖੰਗ ਨਾ ਲੱਗਸੀ ਹਕੀਮ ਆਏ ਬੈਠਾ ਸੱਚੀ ਇਹ ਜਿਹੜਾ ਬੰਦਾ ਹੈ ਨਾ ਇਹ ਵਟਸਐਪ ਤੇ ਇਮੇਸ ਕਾਲਾਂ ਦੇਂਦਾ ਪੂਰੀ ਕਾਲ ਚ ਗਿਦੀ ਕਰਦਾ ਕੋਕੇ ਹੈ ਬਹਾਨੀ ਨਹੀਂ ਦੇਵਣਾ ਕੰਮ ਹੀ ਨਹੀਂ ਕਰਨੇ ਆਉਣਾ ਸਿਰਫ ਆਈ ਤਾਂ ਬਖਦਾ ਵਤ ਆਈ ਤਾਂ ਬਖਦਾ ਵਤ ਹੈ ਮੈਂ ਉਹ ਕਰਨਾ ਹੈ ਜਿਹੜਾ ਬੰਦਾ ਹੈ ਵੇ ਨਾ ਇੰਦੀ ਨਾ ਯਾਰ ਇਹ ਗੱਲ ਮੈਂ ਦੱਸਾਂ ਨਾ ਮੈਂ ਕੋਈ ਤਰਿਸ਼ਵਤ ਦੇ ਮੈਂ ਚੁੱਪ ਤਾਂ ਕਰੇ ਸਾਂ ਉਹ ਜਿਹੜਾ 200 ਖਰਚ ਠੀਕ ਹੈ ਓਕੇ ਓਕੇ ਅੱਛਾ ਦੋਸਤੋ ਮੈਂ ਸੋਚਦਾ ਪਿਆ ਮੈਂ ਕਿ ਆਪਣੇ ਖਰਗੋਸ਼ਾਂ ਦੀ ਜਾ ਕਿੱਥਾ ਬਣਾਉ ਤੋ ਜਹਾ ਦੀ ਕਿ ਨਾ ਇਹ ਜਿਹੜੀ ਜਾ ਹੈ ਨਾ ਇਹ ਜਾ ਬਹੁਤ ਜ਼ਿਆਦਾ ਪੱਕੀ ਹੈ ਤੇ ਇੱਥੇ ਮੈਂ ਆਦਾ ਖੁੱਡਾ ਬਣਾਉ ਲੇਕਿਨ ਇੱਥੇ ਸਾਰੇ ਉੱਠ ਕਣੇ ਨਾ ਉੱਠਨ ਦੇ ਤਲੇ ਖੁੱਡਾਂ ਟਪਕੀਆਂ ਉਹਨਾਂ ਪੈਰ ਵਿੱਚ ਲਾਸਨ ਤਾਂ ਕੋਈ ਨੁਕਸਾਨ ਨਹੀਂ ਖਤਰਾ ਨਹੀਂ ਵਸਦਾ ਇਸੇ ਬਣਦੇ ਇਹਦੇ ਪਰੂ ਝਾਏ ਉਹ ਹੀ ਝਾ ਪੱਕੀ ਉੱਥਾਂ ਮੈਂ ਸੋਚਦਾ ਰੱਖਣਾ ਕਿ ਉੱਥੇ ਹੀ ਬਣੇ ਸੋ ਇਹ ਜਾ ਤੇ ਮੈਨੂੰ ਕੋਈ ਚੰਗੀ ਲੱਗਦੀ ਹੋਈ ਝਾ ਪੱਕੀ ਹੈ ਬੀਆ ਜਿਹੜਾ ਨਾ ਇਹ ਝਾ ਵੀ ਸਹੀ ਹੈ ਲੇਕਿਨ ਇਹ ਜਾ ਤੇ ਜਿੱਥੇ ਬੱਕਰੀ ਵਧਦੀ ਨੇ ਇਹ ਜਾਤ ਮੈਂ ਸੋਚਦਾ ਰੱਖਣਾ ਕਿ ਖਰਗੋਸ਼ਾਂ ਦਾ ਕੁੱਡਾ ਬਣਾਵਾ ਤਕਰੀਬਨ ਤਕਰੀਬਨ ਮੇਰੀ ਕੱਦ ਜਿਹੜਾ ਜੀਕਾ ਸੀ ਉਹਦੇ ਵਿੱਚ ਉਹਨੇ ਗਰਮ ਬਣਿਆ ਸੀ ਤੇ ਇੱਥੇ ਹੀ ਢਕੇ ਸੀ ਪਹਿਲੇ ਜਿਹੜੇ ਮੇਰੇ ਖਰਗੋਸ਼ਾਂ ਦਾ ਖੁੱਡਾ ਹੈ ਨਾ ਉਹ ਤਕਰੀਬਨ ਮੇਰੀ ਕੱਦ ਕੋਲ ਵੀ ਢੇਰ ਜੀਕਾਈ ਕਿ ਜਿਹਲੇ ਅਸ ਖੱਟਾ ਹੈ ਨਾ ਮੈਂ ਅੱਜ ਤੋਂ ਤਕਰੀਬਨ ਤਕਰੀਬਨ 4-5 ਸਾਲ ਪਹਿਲੇ ਨਾ ਉਹ ਉਸ ਖੱਟਾ ਸੀ ਤੇ ਉਹ ਮੇਰੀ ਕੱਦ ਕੋਲ ਢੇਰ ਜੀਕਾ ਹੈ ਤੇ ਮੈਂ ਨਿਕਲਣ ਕਿਤੇ ਨਾ ਹੈਗਾ ਰੱਸੀ ਦਾ ਸਾਰਾ ਘਿਣ ਕੇ ਨਿਕਲਾ ਮੈਂ ਮਤਲਬ ਕਿ 5 ਫੁੱਟ 7 ਇੰਚ ਮੇਰੀ ਕੱਦ ਹੈ ਤਕਰੀਬਨ 8 ਫੁੱਟ ਜੀਕਾ ਮੈਂ ਟੋਇਆ ਖਟਾਈ ਤੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਛੋੜਾ ਮੁਝਾਈ ਤੋਂ ਲਿਖਣਾ ਜਿੱਤਾ ਮੈਂ ਰੱਖਿਆ ਨਖਰਗੋਸ਼ ਇਹ ਜੀ ਟੋਟਲ ਜਾਇ ਨਾ ਇਹ ਬਿਲਕੁਲ ਇ ਤਕਰੀਬਨ 3-4 ਫੁੱਟ ਲੰਬਾ ਤੇ 8 ਫੁੱਟ ਜੀ ਕਟ ਹੋਇਆ ਸਖਟਾ ਤੇ ਇਥੇ ਯਕੁਨਾ ਖੁਡਾ ਨਾ ਇ ਪਸੀ ਕਢਣਤੀ ਜਾਲ ਤਲੇ ਲੱਗਿਆਂ ਗਿਆ ਅੱਛਾ ਇੱਕ ਮੇਰੇ ਕੋਈ ਬਈ ਗੱਲ ਯਾਦ ਆ ਗਈ ਇਹ ਚੈੱਕ ਕਰੋ ਪੈਨਸਲ ਮੇਂ ਦੇਹਤ ਨੇ ਚਿਹੜੀ ਤੇ ਮੈਂ ਜਾਤ ਨਾ ਦਿਲ ਬਣਾਇ ਚਾ ਇਹ ਸਾਰੀ ਬਹਲਾਂ ਵਾਲੀ ਆਦਤ ਮੇਰੇ ਕੋਈ ਇਹ ਕਿ ਜਿਵੇਂ ਬਚਪਨ ਮੈਂ ਕਰੈਨਾ ਮਨਾ ਹੋਏ ਦੇਖੋ ਇ ਜਾਤ ਜਿਹੜੀ ਟੇ ਲੱਗਣ ਇਤਨੀ ਕਾ ਜ ਦਿਲ ਚ ਬਣਾਏ गाली तकरीवन तो गाली दींद इन झा तो तकरीबन तो तकरीबन मैं सिर्फ दू खरगोश छोड़े दू खरगोश छोड़िया तो उन्होंने इतने वो बद गए न अज तू तकरीबन चार पाँच साल पहले कम अस कम चाली तो पजा खरगोश थी गया है इन झा टोटल तो तो इन आज़ाद बदते रहने उन्होंने कोई को रोक टोक तो को नहीं जितना मर्जी बने क्योंकि सारे अपनी हदूद है ना तो इतना हर चीज़ आज़ाद बदी रही इतना इतने वह खिंड इ इतने के बस कंट्रोल करते इतने प्यारे लगते हैं मैं उन्होंने हाथ बेच बैठ रहा ना मैंने घाशाता है ना बिल्कुल सुकून ना ना मेरे को डर है ना कुछ पिछले मेरे टिब्बा रखते छोलें वाला छोलें का टिब्बा आसा लाया बिलडोजर एक बराबर किता से राह है ना रोड पहले उतु सीधा ई आता है टिब्बे ना पूरा बराबर किता से ना राह वाल इतना ई दिता इतना ई राह दिता असें टोटल ई जाते जल्द बिलडोजर फिराए ना ਇੰਨੇ ਸਾਰੇ ਖਰਗੋਸ਼ਾਂ ਦੇ ਕੁਡਾਂ ਬਿਲਡੋਜ਼ਰ ਤੇ ਵਜ਼ਨ ਦੀ وجہ ਤੋਂ ਖੁੱਡਾਂ ਇੱਕਿਆਂ ਬਹਿ ਗਿਆਂ ਤੇ ਮੇਰੇ ਤਕਰੀਬਨ 5 ਤੋਂ ਤਰੀਖ ਖਰਗੋਸ਼ ਉਹਦੇ ਵਿੱਚ ਮਰ ਗਏ ਤੇ ਬਾਕੀ ਜਿਹੜੇ ਬਚਨ ਦਾ 12 ਖਰਗੋਹੀ ਬਚੇ ਉਹ ਉਹਨਾਂ ਦੀ ਹਿੱਕਾ ਖੋਡੇ ਇੰ ਪਾਸੇ ਜਾਲ ਦੇ ਵਿੱਚ ਤੇ ਕੁੱਤਿਆਂ ਗਿਆ ਕੀਤਾ ਉਹਨਾਂ ਉਹਦੇ ਇੱਕ ਖਰਗੋਸ਼ ਦੀ ਖੋਡੇ ਨਾ ਤਾਂ ਉਹਨਾਂ ਖੋਡੇ ਦੇ ਸਾਹਮਣੇ ਨਾ ਆਪਣੇ ਖੋਡੇ ਵੱਡੀ ਖਾਰ ਚਬਣੇ ਇੱਕ ਕੁੱਤ ਨੂੰ ਬੈਤਿੰਦੇ ਇੱਕ ਨੂੰ ਤੇ ਜਿਹਲੇ ਖਰਗੋਸ਼ ਕਿਉਂ ਨਿਕਲਦਾ ਉਹ ਕੁਝ ਝਟ ਮਾਰ ਕੇ ਤੇ ਖਾ ਵੇ ਮੇਰੇ ਤਕਰੀਬਨ 15 20 ਖਰਗੋਸ਼ ਜਿਹੜੇ ਨੇ ਕੁੱਤੇ ਖਾ ਗਏ ਤੇ ਕੁਝ ਜਿਹੜਾ ਮੇਰਾ ਨੁਕਸਾਨ ਤੇ ਆਇਆ ਉਹ ਬਿਲਡੋਜ਼ਰ ਦੀ ਵਜ੍ਹਾ ਤੋਂ ਜ਼ਮੀਨ ਦਬ ਵਿਚਣ ਦੀ ਵਜ੍ਹਾ ਤੋਂ ਮੇਰੇ ਖਰਗੋਸ਼ ਹੀ ਮਰ ਗਿਆ ਤੇ ਹੁਣ ਬਲਦਾ ਮੈਂ ਕੋਈ ਸ਼ੌਕ ਤੇ ਆਖੜਾ ਕਿ ਮੈਂ ਕਿ ਯਾਰ ਇੱਕ ਵਾਰੀ ਵੱਲ ਖਰਗੋਸ਼ ਰੱਖਣੇ ਤੇ ਅਗਰ ਮੇਰੇ ਇਲਾਕੇ ਦੇ ਵਸੇਬ ਤੇ ਜਿੰਨੇ ਵੀ ਦੋਸਤ ਦੇਦੇ ਪਿਓ ਇੱਕ ਤਾਂ ਆਪਣਾ ਕਮੈਂਟ ਚ ਦੱਸੇ ਸੋ ਮੈਂ ਫਲਾਣੇ ਚਾਹਤੋ ਅਗਰ ਤਰਗੋ ਕੋਈ ਖਰਗੋਸ਼ ਹੈ ਤਾਂ ਮੈਨੂੰ ਜ਼ਰੂਰ ਦੱਸੇ ਸੋ ਇਹ ਪੂਰਾ ਟੀਬਾ ਸੰਬਲ ਡੋਜ਼ਰ ਨਾਲ ਬਰਾਬਰ ਕੀਤਾ ਤੇ ਉਂ ਜਾ ਤੇ ਸਮਿੱਟੀ ਯਕੀਵੇਂ ਚੜੇ ਸਾਹਮਣੇ ਵੱਡੀ ਟੀਬੀ ਨਜ਼ਰ ਆਂਦੀ ਪਈ ਹੈ ਇਹ ਵੱਡੀ ਜਿਹੜੀ ਟੀਬੀ ਆਂਦੀ ਪਈ ਤੱਕ ਨਜ਼ਰ ਇਵੇਂ ਸਿੱਧੀ ਤਲੂ ਮਿੱਟੀ ਚਾਗ ਨੇ ਬਿਲਡੋਜ਼ਰ ਨੇ ਉੱਤੇ ਚਾੜ ਦਿੱਤੀ ਤੇ ਉਂ ਸਾਹਮਣੇ ਉੱਥੇ ਪਰੂ ਵੀ ਉਹ ਸਾਹਮਣੇ ਉੱਤਾਂ ਉੱਥਾ ਵੀ ਬਿਲਡੋਜ਼ਰ ਦਾ ਸਾਕ ਕੰਮ ਕਰਾਇਆ ਹੈ तकरीबन 4-5 ਡੈਡ ਬਿਲਡੋਜ਼ਰ ਤੱਕ ਕੰਮ ਕਰਿੰਦਾ ਰਹੇਗੇ ਤੇ ਇਹ ਜਿਹੜਾ ਰੋਡ ਇਹ ਅਸਮ ਬਾਅਦ ਦੇ ਆਪਣੇ ਹਿੱਸੇ ਚ ਡਿੱਤਾ ਹੈ ਮਤਲਬ ਬਈ ਚੱਕ ਦੇ ਹਦਦ ਚ ਡਿੱਤਾ ਹੈ

ओयो 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 डून एक के बैठे ओ बैठ माँ की उड़ी करी है तो ए न होवे सादे उते चढ़ाई कर दे वे मला कर दे वे ये तो तो अब दिखे नहीं ये सामने बैठी थी एक के माँ की बई कितने बई थतले बैठी है ना ये फेरी यार सादे माल्टे नहीं था साढ़े क्या जिन्हें पहन के पहले चश ही फेरी कोई हूँ साढ़े जितने भी बूट हैं ना तो थोड़े जो माल्टे कुछ जो खराब थी बिछड़े प्य ये निे जो मतलब खराब थी तो एक साइन नसीबत तो खाने अब इन शाला मेरा बहुत दिल थी पार सारे माल्टे जितने भी टोटल खाली है ने या इन उब थे सड़े सुे थे इते खड़े फेरी माल्टिया नहीं पहले फल इूते आंद होते फेरी इंटेद फल को दरख्त है ना कचनाल समझ के लाया फलियामेंट दस हाँ कड़ी शायद दरखते जे अगर पता लगता है असंक कचनार समझ के लाया लेकिन कचनार नहीं निकली कचनार भी आचनाल भी आते हैं रुको 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 ताको मजे की शायद दिखावा मेरे को हूँ नजर आई है एक ए बूटा तो एक ए बूटा ये दुआ ही ना तो माल्टे हूं जुल के डेदियाँ लग रही इन्होंने तो कुछ लाभ सारे खान जो कि लाभ जन्द्रे हैं वह बंदा जेड़ा हिरस है नहीं मरेंदा थोड़ी जी शायद शुक्र अलहमद ला दा इन तो मेरे को नजर आते पैन माल्टे ये माल्टा खड़ा है जोगा एक लब है केड़ा पट्टा पट्टा रुक पानी हाल तक खड़ा बै भी हाल उत्ते बहुत खड़न इो मा लभ अगर तुस खा होना है त खाओ न ता मैं को इजाजत दो खा ना <laughs> मालटा छलीज के आओ बिस्मिल्लाह करो वाल ਇਹ ਕਿੰਨੀ ਤੱਕ ਪਿਆਰਾ ਲੱਗਦਾ ਪੈਣਾ ਜਾਂ ਮਿਠਾਸਟਾ ਕਮੈਂਟ ਜ਼ਰੂਰ ਦੱਸਿਆ ਯਾਰ ਕਿਨ ਕਰੋ ਜਦਨ ਦੇ ਮਾਲਟਾ ਨਾ ਇਹ ਪਹਿਲਾ ਮਾਲਟਾ ਖਾਂਦਾ ਪੀਆ ਸਰਦਿਆਂ ਦੇ ਪੂਰੀਆਂ ਦੇ ਵਿੱਚ ਤੇ ਪਹਿਲੀ ਡੱਲੀ ਚਖਸੂ ਲੱਗਦਾ ਕਿਵੇਂ ਖੱਟਾ ਹੈ ਮਿੱਠਾ ਹੈ ਮਿੱਠਾ ਮਿੱਠਾ ਮਾਲਟਾ ਮਿੱਠਾ ਮਾਲਟਾ ਪੋਣੇ ਚਾਰ ਵਜੇ ਅਜ਼ਾਨਾ ਵੀ ਆਂਦੇ ਪਿੰਤੋ ਆਵਾਜ਼ ਵੀ ਆਂਦੀ ਪਈ ਹੋਸੀ

ਇਨੂ ਕੁ ਚੰਗਾ ਇਜ਼ਾਦਾਰ ਬੰਦੇ ਕੀ ਤੱਕ ਇੱਕੋ ਪੱਟ ਕੇ ਖਾਦ ਸਕੂਨ ਨਾਲ ਘਰ ਵਾਂ ਤਾਂ ਹੁਣ ਮੈਂ ਇਹ ਵੀ ਖਾ ਗਨਾ ਇਹ ਜਿਹੜੇ ਛਿਲਕੇ ਨਾ ਉਹਨਾਂ ਦੀ ਧੂੜੀ ਕੋ ਰੱਖਦੇ ਜਿਹੜਾ ਦੇਖੀ ਆਖਸੀ ਕਈ ਆਪਣੇ ਖਾਦਨ ਸਾਰਾ ਨਾ ਹੀ ਨਾ ਸੀ ਇਹ ਹੁਣ ਛਿਲਕੇ ਖਾਨੇ ਕੁੱਤੀ ਸੁੱਤੀ ਵੀ ਕੀ ਨਹੀਂ ਪੋਈ ਨਾ ਵਣ ਸਕੋ ਉਹ ਡਿੱਕਤ ਉਹ ਡਿੱਕਤ ਮਾਰ ਕ ਮਾਲ ਟੇ ਖਾਦੇ ਮੀ ਮੈ ਕੋ ਲੱਗੀ ਠੜ ਅੱਪਰ ਪਾ ਕੇ ਤੇ ਹੁਣ ਬਾਹਰੋਂ ਆ ਮੈਂ ਚੱਲੂ ਧੁੱਪ ਸਕੇ ਨਾ ਤੇ ਮੇਰੇ ਮੋਬਾਈਲ ਬੈਟਰੀ ਲੋ ਹੈ ਜਬ ਜਬਲੀ ਕੋਈ ਨਹੀਂ ਤੇ ਇਹ ਵੀਲੌਗ ਦੇ ਇਥੇ ਕਰੈਸੋ ਐਂਡ ਤੇ ਵਾਦ ਮਿਲਸੇ ਇਨਸ਼ਾਅੱਲਾ ਨਵੀਆਂ ਵੀਡੀਓਨਾਂ ਉਮੀਦ ਹੈ ਸਾਰੀ ਆਈਟੀ ਵੀਡੀਓ ਤੁਹਾਨੂੰ ਚੰਗੀ ਲੱਗੇ ਸਾਰੀ ਆਈਟੀ ਵੀਡੀਓ ਚੰਗੀ ਲੱਗੇ ਸੱਚ ਨਾਲ ਕੋ ਸਬਸਕ੍ਰਾਈਬ ਕਰੈਸੋ ਲਾਈਕ ਕਰੈਸੋ ਸ਼ੇਅਰ ਕਰੈਸੋ ਆਪਣੀ ਰਾਏ ਦਾ ਵੀ ਜ਼ਹਰ ਕਰੈਸੋ ਤੇ ਇੱਕ ਬਹੁਤ ਵੱਡਾ ਖੁਸ਼ਖਬਰੀ ਇਹ ਕਿ ਮੈਂ ਇੱਕ ਬਹੁਤ ਵੱਡਾ ਚੈਲੰਜ ਕਰਨ ਕੀ ਆਂਦਾ ਪਿਆ ਜਿਹੜਾ सारे पाकिस्तान ने जै चैलेंज कहीं मैं सर्च कित उन्हें कोई नहीं किता बिराओ चैलेंज करेंगे इनशाला कमेंट जरूर दस क्या हो चैलेंज करना चाहिए तो को दसना चाहिए या नहीं सो इनशल नवीन तब तक के लिए अला हाफिज